ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਸਾਰਿਆਂ ਦਾ ਕੀ ਹਾਲ ਚਾਲ ਆ ਅਸੀਂ ਅੱਜ ਛੱਲੇ ਨੇ ਕ੍ਰੇਨ ਦੇਖੇ ਸਾਡੇ ਘਰ ਦੇ ਜੀ ਸਾਹਮਣੇ ਹੈਗੀ ਹੈ ਇੱਕ ਕ੍ਰੇਨ ਉੱਥੇ ਦਿਖਦੀ ਆ ਸੋ ਉਹ ਦਿਖਦੀ ਹਾਂ ਇੱਥੇ ਦਿਖਦੀ ਹੈ ਸਾਰਿਆਂ ਨੂੰ ਦਿਖਾਓ ਤਾਂ ਮੈਂ ਤਾਂ ਦੇਖੀ ਆ ਪਰ ਨਿਆਣਿਆਂ ਨੇ ਦੇਖੀ ਨਹੀਂ ਬੜਾ ਸੋਹਣਾ ਵਿਊ ਆ ਉੱਥੇ ਥੱਲੇ ਪਾਣੀ ਦੇ ਵਿੱਚ ਆ ਕ੍ਰੇਨ ਪਾਣੀ ਨਹੀਂ ਦੇਖਿਆ ਮੈਂ ਸੋ ਏਕ ਵੀਰ ਜਸਕਰਨ ਕਹਿੰਦੇ ਸੀ ਮੰਮਾ ਛੁੱਟੀ ਆ ਜਾਓ ਨਾਲੇ ਆਪਾਂ ਵਾਕ ਕਰਕੇ ਆਉਂਦੇ ਹਾਂ ਨਾਲੇ ਆਪਾਂ ਉਹ ਕ੍ਰੇਨ ਦੇਖ ਕੇ ਆਉਂਦੇ ਹਾਂ ਹਮੇਸ਼ਾ ਮੈਨੂੰ ਲੱਗਦਾ ਆਪਾਂ ਕ੍ਰੇਨ ਵੇਖੀ ਆ ਪਰ ਆਪਾਂ ਗੱਡੀ ਚੋਂ ਨਿਕਲ ਜਾਂਦੇ ਹਾਂ ਨਾ ਜਦੋਂ ਤੁਸੀਂ ਡਾਕਟਰ ਜਾਂਦੇ ਹਾਂ ਤੇ ਸੋ ਅਸੀਂ ਨਾਲੇ ਹੁਣ ਚੱਲੇ ਵਾਕ ਕਰਨ ਨਾਲੇ ਅਸੀਂ ਦੇਖ ਕੇ ਆਉਂਦੇ ਹਾਂ ਕ੍ਰੇਨ ਤੇ ਨਾਲੇ ਸਾਰਿਆਂ ਨੂੰ ਦਿਖਾਉਂਦੇ ਹਾਂ ਕੋਈ ਨੀ ਉਹ ਚਰਚ ਦੇ ਪਿੱਛੇ ਆ ਜਾਂਦੀ ਹੈ ਨਾ ਅਸੀਂ ਆ ਕਦੀ ਚਰਚ ਵੀ ਨਹੀਂ ਵੇਖਿਆ ਹੈ ਨਾ ਚਲੋ ਅੱਗੇ ਜਾ ਕੇ ਦਿਖਾਉਂਦੇ ਹਾਂ ਸਰ ਸਾਹਮਣੇ ਦੇਖ ਸਕਦੇ ਤੁਸੀਂ ਹੈਗਾ ਮਿਊਜ਼ੀਅਮ ਜਿਸ ਕੇ ਸਾਹਮਣੇ ਮਿਊਜ਼ੀਅਮ ਹੈ ਸਾਹਮਣੇ ਪਹਿਲੇ ਚਰਚ ਹੀ ਹੈ ਮਿਊਜ਼ੀਅਮ ਉਧਰਲੀ ਸਾਈਡ ਤੇ ਹੈ ਨਾ ਸਾਹਮਣੇ ਹੈ ਜੀ ਚਰਚ ਬਹੁਤ ਹੀ ਪੁਰਾਣਾ ਚਰਚ ਹੈ ਨਾਲ ਉਹਦੇ ਮਿਊਜ਼ੀਅਮ ਹਾਂਜੀ ਪਾਪਾ ਨੇ ਕਿਹਾ ਸੀ ਉਹ ਸਾਹਮਣੇ ਵਾਲੀ ਤੋਂ ਨਹੀਂ ਮੁੜਨਾ ਅਗਲੇ ਵਾਲੀ ਤੋਂ ਮੁੜ ਕੇ ਫਿਰ ਤੁਹਾਨੂੰ ਈਜ਼ੀ ਵੇਵ ਮਿਲ ਜੂਗਾ ਉੱਥੋਂ ਆਪਾਂ ਰੋਡ ਕ੍ਰੋਸ ਕਰਨੀ ਹੈ ਫਿਰ ਜਾਂਦੇ ਹਾਂ ਨਾ ਸੋ ਅਸੀਂ ਰੋਡ ਕ੍ਰੋਸ ਕਰ ਲਈ ਹੁਣ ਆਪਾਂ ਅੱਗੇ ਜਾ ਕੇ ਦੇਖਦੇ ਹਾਂ ਇਹ ਵਾਲੀ ਹੈਲਥ ਐਂਡ ਕੇਅਰ ਸੈਂਟਰ ਜਿੱਥੇ ਆਪਾਂ ਹਸਪੀਟਲ ਡਾਕਟਰ ਆਉਂਦੇ ਹਾਂ ਉਹਦੇ ਸਾਹਮਣੇ ਨਹੀਂ ਆਪਾਂ ਆਉਂਦੇ ਹਾਂ ਪਰ ਆਪਾਂ ਪਰਲੇ ਪਾਸੇ ਦੀ ਗੱਡੀ 'ਚ ਆ ਜਾਂਦੇ ਹਾਂ ਨਾ ਸੋ ਆਪਣਾ ਡਾਕਟਰ ਇੱਥੇ ਆਪਾਂ ਹੁਣ ਇੱਥੇ ਆਉਂਦੇ ਹਾਂ ਨਾ ਚੇਂਜ ਹੋ ਗਿਆ ਸਾਰੀ ਬਿਲਡਿੰਗ ਨਵੀਂ ਬਣੀ ਹੈ ਇੱਥੇ ਸਾਡਾ ਡਾਕਟਰ ਹੈ ਅਸੀਂ ਇੱਥੇ ਆਉਂਦੇ ਹਾਂ ਆਪਣੇ ਡਾਕਟਰ ਕੋਲ ਐਂਡ ਆਹ ਇੱਧਰਲੀ ਸਾਈਡ 'ਤੇ ਆਹ ਨਵਾਂ ਕੇਅਰ ਹੋਮ ਬਣਿਆ ਵਾ ਹਾਂਜੀ ਗੱਡੀ ਪੁੱਤ ਇੱਥੇ ਨਹੀਂ ਆਉਣੀ ਸੋ ਉਹ ਦਿਖਦੀ ਸਾਹਮਣੇ ਕ੍ਰੇਨ ਜਾ ਕੇ ਤੁਹਾਨੂੰ ਵਿਊ ਦਿਖਾਉਂਦੇ ਬੜਾ ਹੀ ਨਾਈਸ ਵਿਊ ਆ ਉੱਥੇ ਸਰ ਦੇਖੋ ਜੀ ਅਸੀਂ ਆ ਗਏ ਇੱਕ ਵੀਰ ਨੇ ਲਾਇਆ ਸੀ ਕ੍ਰੇਨ ਵਿਖਾ ਕੇ ਲਿਆਓ ਕ੍ਰੇਨ ਵਿਖਾ ਕੇ ਲਿਆਓ ਇੱਕ ਵੀਰ ਨੇ ਪਤਾ ਨਹੀਂ ਕੀ ਦੇਖ ਰਹੇ ਕ੍ਰੇਨ ਉਹ ਦੇਖੋ ਵਾਟਰ ਥੱਲੇ ਬੁੱਤ ਸਕੂਟਰ ਲੈ ਕੇ ਆਉਣਾ ਸੀ ਇੱਕ ਵੀਰ ਨੇ ਇੱਕ ਵੀ ਘਰੋਂ ਸਕੂਟਰ ਤੇ ਆਉਣਾ ਸੀ ਤਾਂ ਉਹ ਦੇਖੋ ਬੋਏ ਸਕੂਟਰ ਲੈ ਕੇ ਆਇਆ ਨਾ ਪਹੁੰਚ ਗਏ ਨਹੀਂ ਪਹੁੰਚਣ ਲੱਗੇ ਨਹੀਂ ਹੁਣ ਆਹੀ ਵਿਊ ਹੀ ਦੇਖਣਾ ਹੈ ਬਹੁਤ ਬਿਗ ਹੈ ਨਾ ਉੱਪਰ ਇੱਕ ਵੀ ਜਦੋਂ ਹਾਂ ਜਦੋਂ ਉੱਪਰ ਨੂੰ ਦੇਖੋ ਤਾਂ ਕਿੱਦਾਂ ਸਿਰ ਦੁਖਾ ਲੱਗ ਜਾਂਦਾ ਆਵਾਜ਼ਾਂ ਵਾਪਸ ਆਉਂਦੀਆਂ ਤੈਨੂੰ ਇੱਕ ਵੀ ਸੁਣਦੀ ਵਾਪਸ ਆਵਾਜ਼ ਹਾਂਜੀ ਪਹਿਲਾਂ ਬਿਲਕੁਲ ਚੁੱਪ ਹੋ ਕੇ ਪਹਿਲਾਂ ਇੱਕ ਵੀਰ ਬੋਲੇਗਾ ਜਿਸ ਕਹਿੰਦ ਤੂੰ ਬੋਲ ਇੱਕ ਆਪਣੀ ਆਵਾਜ਼ ਸੁਣਦੀ ਤੈਨੂੰ ਸਾਰਿਆਂ ਨੂੰ ਬਾਏ ਕਰਦੀ ਹੈ ਠੀਕ ਹੈ ਸਾਰਿਆਂ ਨੂੰ ਬਾਏ ਕਰ ਦਿਓ ਫਿਰ ਅਸੀਂ ਸਾਰਿਆਂ ਨੂੰ ਬਾਏ ਕਰ ਦੋ ਕਿ ਬਾਏ ਬਾਏ ਸਾਰੇ ਜਣੇ ਕੋਈ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਜਿਹੜੇ ਦੇਖਦੇ ਆ ਨਾ ਨਹੀਂ
सारे वीडियो देखते आप लाइक नहीं करते जिन्ने जिन्ने वीडियो देखते लाइक भी नहीं करते सबसक्राइब भी नहीं करते सो चैनल सबसक्राइब कर लो वीडियो लाइक जरूर करया करो शेयर करया करो हाँ तो बाय बाय कर दो सारे बाय।